ਦੋਸਤੋ ਤੁਸੀਂ ਵੀ ਇਹ ਨਿਊਜ਼ ਜ਼ਰੂਰ ਸੁਣ ਲਈ ਹੋਵੇਗੀ ਕਿ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟਸ ਦਸੰਬਰ ਤੋਂ ਲਾਜ਼ਮੀ ਹੋ ਜਾਵੇਗੀ। ਦੋਸਤੋ ਜੇ ਤੁਸੀਂ ਇਹ ਨੰਬਰ ਪਲੇਟ ਨਹੀਂ ਲਵਾਈ ਹੈ ਤਾਂ ਜਲਦ ਤੋਂ ਜਲਦ ਇਹ ਲਵਾ ਲਓ, ਵਰਨਾ ਤੁਹਾਡਾ ਚਲਾਨ ਵੀ ਕੱਟਿਆ ਜਾ ਸਕਦਾ ਹੈ ਜੇ ਇਹ ਨੰਬਰ ਪਲੇਟ ਤੁਹਾਡੀ ਨਹੀਂ ਲੱਗੀ ਹੋਈ ਹੈ। ਤਾਂ ਅੱਜ ਦੀ ਵੀਡੀਓ ਵਿੱਚ ਪੂਰੀ ਡਿਟੇਲ ਤੁਹਾਨੂੰ ਦੱਸਿਆ, ਤੁਸੀਂ ਘਰ ਬੈਠੇ ਕਿਵੇਂ ਆਰਾਮ ਨਾਲ ਇਹ ਨੰਬਰ ਪਲੇਟ ਮੰਗਵਾ ਸਕਦੇ ਹੋ ਅਤੇ ਆਪਣੇ ਵਹੀਕਲ 'ਤੇ ਲਾ ਕੇ ਜਿਹੜੇ ਆਉਣ ਵਾਲੀ ਪ੍ਰੋਬਲਮਸ ਜਾਂ ਚਲਾਨ ਕੱਟੇ ਜਾਣ ਤੋਂ ਬਚ ਸਕਦੇ ਹੋ। ਕਿਉਂਕਿ ਦੋਸਤੋ ਜੇ ਵੀਡੀਓ ਬੈਨੀਫਿਸ਼ਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ। ਤਾਂ ਦੋਸਤੋ ਕਰਨਾ ਕੀ ਹੈ, ਸਭ ਤੋਂ ਪਹਿਲਾਂ ਆਪਾਂ ਆਪਣੇ ਮੋਬਾਈਲ ਦੇ ਬਰਾਊਜ਼ਰ ਵਿੱਚ ਜਾਵਾਂਗੇ ਅਤੇ ਗੂਗਲ ਵਿੱਚ ਸਰਚ ਕਰਾਂਗੇ ਸਟੇਟ ਟਰਾਂਸਪੋਰਟ ਕਮਿਸ਼ਨ ਪੰਜਾਬ। ਜਿਵੇਂ ਕਿ ਮੈਂ ਇੱਥੇ ਸਰਚ ਕੀਤਾ, ਤੁਸੀਂ ਇੱਥੇ ਚੈੱਕ ਕਰ ਸਕਦੇ ਹੋ, ਸੇਮ ਆਪਾਂ ਇੱਥੇ ਚੈੱਕ ਕਰ ਲਾਂਗੇ। ਦੋਸਤੋ ਜਿਹੜੀ ਇਹ ਸਾਈਟ ਹੈ ਮੋਬਾਈਲ 'ਤੇ ਵੀ ਇੰਨੀ ਵਧੀਆ ਚੱਲਦੀ ਹੈ ਜਿੰਨੀ ਇਹ ਪੀਸੀ 'ਤੇ ਚੱਲਦੀ ਹੈ। ਉਸ ਤੋਂ ਬਾਅਦ ਨੀਚੇ ਆਪਾਂ ਨੂੰ ਇੱਕ ਲਿੰਕ ਸ਼ੋਅ ਕਰ ਰਿਹਾ HSRP ਐਪਲੀਕੇਸ਼ਨ ਫੋਰਮ, ਇਸ 'ਤੇ ਆਪਾਂ ਕਲਿੱਕ ਕਰ ਲਾਂਗੇ ਅਤੇ ਇਸ ਤੋਂ ਬਾਅਦ ਇਸ ਤਰ੍ਹਾਂ ਦੀ ਇਹਨਾਂ ਦੀ ਆਫਿਸ਼ਲ ਵੈਬਸਾਈਟ ਅਤੇ ਫੋਰਮ ਜਿਹੜਾ ਆਪਣੇ ਸਾਹਮਣੇ ਹੋ ਜਾਵੇਗਾ। ਦੋਸਤੋ ਇਸ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਇਸਦਾ ਪ੍ਰਾਈਜ਼ ਲਿਸਟ ਚੈੱਕ ਕਰਨੀ ਹੈ। ਇਸ ਲਿਸਟ ਵਿੱਚ ਦੋਸਤੋ ਪੂਰੀ ਡਿਟੇਲ ਦਿੱਤੀ ਹੈ, ਤੁਹਾਡਾ ਵਹੀਕਲ ਜੇ ਮੋਟਰਸਾਈਕਲ ਹੈ, ਕਾਰ ਹੈ, ਟਰੈਕਟਰ ਹੈ, ਉਹਨਾਂ ਦੇ ਪੂਰੀ ਪ੍ਰਾਈਜ਼ ਕੀ, ਇਸ 'ਤੇ ਆਪਾਂ ਇਗਜ਼ਾਮਪਲ ਦੇ ਤੌਰ 'ਤੇ ਕਾਰ 'ਤੇ ਆਪਾਂ ਨੰਬਰ ਪਲੇਟ ਲਵਾਉਣੀ ਹੈ ਤਾਂ ਉਸਦੀ ਪ੍ਰਾਈਜ਼ ਗੌਰਮੈਂਟ ਫੀਸ ਕੀ ਹੋਵੇਗੀ। ਇਹ ਟੂ ਵੀਲਰ ਦੀ ਰੇਟ ਲਿਸਟ ਆ ਗਈ ਦੋਸਤੋ। ਕੰਪਲੀਟ HSRP ਸੈੱਟ ਲਵਾਉਣਾ ਹੈ ਤਾਂ 173 ਦਾ ਪੈਂਦਾ ਇੱਥੇ, ਅਤੇ ਜੇ ਤੁਹਾਡਾ ਫਰੰਟ ਡੈਮੇਜ ਹੈ ਜਾਂ ਬੈਕ ਡੈਮੇਜ ਹੈ ਤਾਂ ਉਸਦਾ ਅਲੱਗ ਅਲੱਗ ਪ੍ਰਾਈਜ਼ ਹੋ ਜਾਂਦਾ ਹੈ। ਇਸ ਤੋਂ ਬਾਅਦ ਥ੍ਰੀ ਵੀਲਰ ਦੀ ਗੱਲ ਕਰੀਏ, ਇੱਥੇ ਵੀ ਇਹਨਾਂ ਦੇ ਰੇਟ ਲਿਸਟ ਤੁਸੀਂ ਚੈੱਕ ਕਰ ਸਕਦੇ ਹੋ। ਅਤੇ ਇਸ ਤੋਂ ਬਾਅਦ ਕਾਰ ਦੀ ਗੱਲ ਕਰੀਏ ਤਾਂ ਕੰਪਲੀਟ HSRP ਸੈੱਟ ਜਿਹੜਾ 513 ਰੁਪਏ ਦਾ ਪੈਂਦਾ ਜੀ। ਓਕੇ ਦੋਸਤੋ, ਇੱਕ ਵਾਰ ਤੁਸੀਂ ਚੰਗੀ ਤਰ੍ਹਾਂ ਰੀਡ ਕਰਕੇ ਫਿਰ ਆਪਣੇ ਵਹੀਕਲ ਦੇ ਅਕੋਰਡਿੰਗ ਪ੍ਰਾਈਜ਼ ਰੇਟ ਚੈੱਕ ਕਰ ਲਿਓ। ਉਸ ਤੋਂ ਬਾਅਦ ਆਪਾਂ ਕਰਨਾ ਬੈਕ ਆ ਜਾਣਾ। ਇਹ ਬੈਕ ਆਉਣ ਤੋਂ ਬਾਅਦ ਦੋਸਤੋ ਇਹ ਫੋਰਮ ਆਪਾਂ ਨੂੰ ਫਿਲ ਕਰਕੇ ਸਬਮਿਟ ਕਰਨਾ ਹੋਵੇਗਾ। ਸਭ ਤੋਂ ਪਹਿਲਾਂ ਆਪਾਂ ਕਰਨਾ ਕਿ ਐਪਲੀਕੇਸ਼ਨ ਟਾਈਪ ਸਲੈਕਟ ਕਰ ਲਾਂਗੇ, ਇੱਥੇ ਆਪਾਂ ਓਲਡ ਫੁੱਲ HSRP ਸੈੱਟ 'ਤੇ ਆਪਾਂ ਕਲਿੱਕ ਕਰ ਲਾਂਗੇ। ਇਸ ਤੋਂ ਬਾਅਦ ਆਪਾਂ ਵਹੀਕਲ ਨੰਬਰ ਪਾਉਣਾ, ਆਪਣਾ ਜਿਹੜਾ ਮੋਟਰਸਾਈਕਲ ਗੱਡੀ ਦਾ ਨੰਬਰ ਹੈ, ਪਲੇਟ ਨੰਬਰ। ਇਸ ਤੋਂ ਬਾਅਦ ਵਹੀਕਲ ਦਾ ਚਾਸੀ ਨੰਬਰ ਇੱਥੇ ਫਿਲ ਕਰਨਾ। ਇਸ ਤੋਂ ਬਾਅਦ ਇੰਜਨ ਨੰਬਰ, ਓਨਰ ਦਾ ਨੇਮ, ਮੋਬਾਈਲ ਨੰਬਰ, ਵਹੀਕਲ ਕਲਾਸ। ਤਾਂ ਦੋਸਤੋ ਸਾਡੇ ਚੈਨਲ ਵੱਲੋਂ ਇੱਕ ਛੋਟਾ ਜਿਹਾ ਗਿਫਟ, ਜੋ ਵੀ ਸਾਡੀ ਵੀਡੀਓਜ਼ ਦੇਖਦੇ ਨੇ ਉਹਨਾਂ ਲਈ ਛੋਟਾ ਜਿਹਾ ਗਿਫਟ ਦੇ ਰਿਹਾ ਹੈ। ਅਤੇ ਇਹ ਗਿਫਟ ਹੈ ਜਿਹੜਾ ਕਿ 3 ਮੰਥ ਦਾ ਰੀਚਾਰਜ ਸਾਡੀ ਟੀਮ ਵੱਲੋਂ ਕਰਵਾਇਆ ਜਾਵੇਗਾ। ਬਸ ਕਰਨਾ ਕਿ ਤੁਸੀਂ ਇੱਕ ਛੋਟੇ ਜਿਹੇ ਕੁਐਸਚਨ ਦਾ ਆਂਸਰ ਦੇਣਾ ਹੈ ਅਤੇ ਪਹਿਲੇ 3 ਜਿਹੜੇ ਕੈਂਡੀਡੇਟ ਹੋਣਗੇ ਜਿਨ੍ਹਾਂ ਨੇ ਸਹੀ ਆਂਸਰ ਦਿੱਤਾ ਹੋਊਗਾ ਉਹਨਾਂ ਨੂੰ 3 ਮੰਥ ਦਾ ਰੀਚਾਰਜ ਸਾਡੀ ਟੀਮ ਵੱਲੋਂ ਫ੍ਰੀ ਕਰਵਾਇਆ ਜਾਵੇਗਾ। ਅਤੇ ਅੱਜ ਦਾ ਕੁਐਸਚਨ ਹੈ ਜਿਹੜਾ ਕਿ ਮੈਂ ਇਸ ਵੀਡੀਓ ਵਿੱਚ ਦੋਸਤੋ ਸ਼ਬਦ ਕਿੰਨੀ ਵਾਰ ਯੂਜ਼ ਕੀਤਾ ਹੈ, ਮਤਲਬ ਕਿੰਨੀ ਵਾਰ ਮੈਂ ਦੋਸਤੋ ਬੋਲ ਕੇ ਇਸ ਵੀਡੀਓ ਵਿੱਚ ਤੁਹਾਨੂੰ ਸਮਝਾਇਆ ਹੈ। ਦੋਸਤੋ ਹੁਣ ਤੁਹਾਡੇ ਮਨ ਵਿੱਚ ਇਹ ਖਿਆਲ ਆ ਰਿਹਾ ਹੋਊਗਾ ਕਿ ਮੈਨੂੰ ਆਪਣੇ ਵਹੀਕਲ 'ਤੇ ਜਾ ਕੇ ਇਹ ਚੈੱਕ ਕਰਨਾ ਪਊਗਾ ਇੰਜਨ ਨੰਬਰ ਕੀ ਹੈ ਜਾਂ ਚਾਸੀ ਨੰਬਰ ਕੀ ਹੈ। ਬਟ ਦੋਸਤੋ ਕੋਈ ਜ਼ਰੂਰਤ ਨਹੀਂ ਹੈ, ਤੁਹਾਡੀ RC ਉਠਾਉਣੀ ਹੈ, ਜਿਹੜੇ ਵੀ ਤੁਹਾਡੀ ਵਹੀਕਲ ਦੀ RC ਹੈ ਉਸ ਉੱਪਰ ਸਾਰੀ ਡਿਟੇਲ ਇਹ ਲਿਖੀ ਹੁੰਦੀ ਹੈ, ਚਾਸੀ ਨੰਬਰ ਕੀ ਹੈ, ਤੁਹਾਡੇ ਵਹੀਕਲ ਦਾ ਇੰਜਨ ਨੰਬਰ ਕੀ ਹੈ, ਓਨਰ ਨੇਮ, ਮੋਬਾਈਲ ਨੰਬਰ, ਸਾਰਾ ਕੁਝ ਉਸ ਉੱਪਰ ਲਿਖਿਆ ਹੁੰਦਾ, ਆਪਣੇ ਹੱਥ ਵਿੱਚ ਰੱਖਣੀ ਹੈ, ਦੇਖ ਦੇਖ ਕੇ ਸੇਮ ਆਪਾਂ ਇੱਥੇ ਫਿਲ ਕਰ ਦਿਆਂਗੇ। ਉਹ ਦੋਸਤੋ ਇਸ ਤੋਂ ਬਾਅਦ ਆਪਾਂ ਕਲਾਸ ਆਫ ਵਹੀਕਲ ਸਿਲੈਕਟ ਕਰ ਲਾਂਗੇ। ਜੇ ਤੁਹਾਡਾ ਇਹ ਟਰਾਂਸਪੋਰਟ ਨਾਲ ਰਿਲੇਟਡ ਹੈ, ਮਤਲਬ ਆਵਾਜਾਈ ਵਪਾਰ ਦੇ ਨਾਲ ਰਿਲੇਟਡ ਹੈ, ਤਾਂ ਆਪਾਂ ਟਰਾਂਸਪੋਰਟ 'ਤੇ ਕਲਿੱਕ ਕਰ ਲਾਂਗੇ। ਅਗਰ ਜੇ ਤੁਸੀਂ ਘਰ ਰੱਖੀ ਹੋਈ ਹੈ ਗੱਡੀ ਜਾਂ ਮੋਟਰਸਾਈਕਲ, ਤਾਂ ਆਪਾਂ ਨੋਨ ਟਰਾਂਸਪੋਰਟ 'ਤੇ ਕਲਿੱਕ ਕਰ ਲਵੇ। ਤਾਂ ਦੋਸਤੋ ਇਸ ਤੋਂ ਬਾਅਦ ਆਪਾਂ ਵਹੀਕਲ ਟਾਈਪ ਦੀ ਗੱਲ ਕਰਦੇ ਹਾਂ ਕਿ ਵਹੀਕਲ ਟਾਈਪ ਕੀ ਸਿਲੈਕਟ ਕਰਨੀ ਹੈ। ਆਪਾਂ ਇਸ 'ਤੇ ਕਲਿੱਕ ਕਰਾਂਗੇ ਅਤੇ ਆਪਾਂ ਜੇ ਤੁਹਾਡੇ ਕੋਲ ਮੋਟਰਸਾਈਕਲ, ਕੈਬ, ਐਂਬੂਲੈਂਸ ਜੋ ਵੀ ਹੈ, ਉਸ ਦਾ ਤੁਸੀਂ ਨੰਬਰ ਪਲੇਟ ਲਵਾਉਣਾ ਚਾਹੁੰਦੇ ਹੋ, ਤਾਂ ਉਹ ਆਪਾਂ ਇਸ ਲਿਸਟ ਵਿੱਚ ਚੈੱਕ ਕਰਕੇ ਉਸ 'ਤੇ ਕਲਿੱਕ ਕਰ ਲਾਂਗੇ। ਐਗਜ਼ਾਮਪਲ ਦੇ ਤੌਰ 'ਤੇ ਮੈਂ ਕਾਰ 'ਤੇ ਕਲਿੱਕ ਕਰ ਰਿਹਾ ਇੱਥੇ। ਇਸ ਤੋਂ ਬਾਅਦ ਜੇ ਤੁਹਾਡੇ ਤੋਂ ਬਾਅਦ ਦੋਸਤੋ ਜੇ ਤੁਹਾਡੀ RC ਜਿਹੜੀ ਉਹ ਸਮਾਰਟ ਕਾਰਡ ATM ਕਾਰਡ ਵਰਗੀ ਹੈ, ਤਾਂ ਆਪਾਂ ਇੱਥੇ ਕਲਿੱਕ ਰਹਿਣ ਦਿਆਂਗੇ। ਜੇ ਨਹੀਂ, ਕਾਗਜ਼ਾਂ ਦੇ ਰੂਪ ਵਿੱਚ ਹੈ ਤਾਂ ਕਾਪੀ ਦੇ ਰੂਪ ਵਿੱਚ ਹੈ, ਤਾਂ ਆਪਾਂ ਇੱਥੇ ਕਲਿੱਕ ਕਰ ਦਿਆਂਗੇ। ਇਸ ਤੋਂ ਬਾਅਦ ਸਿਲੈਕਟ ਫਿਟਮੈਂਟ ਲੋਕੇਸ਼ਨ ਦੀ ਗੱਲ ਕਰਨੀ ਹੈ। ਦੋਸਤੋ ਆਪਣੇ ਏਰੀਏ ਵਿੱਚ ਜੇ ਤੁਸੀਂ ਘਰ ਮੰਗਵਾਉਣਾ ਚਾਹੁੰਦੇ ਹੋ ਤਾਂ ਫਿਟਮੈਂਟ ਐਟ ਹੋਮ, ਤਾਂ ਇਹ ਤੁਹਾਡੇ ਹੋਮ ਡਿਲੀਵਰੀ ਹੋ ਜਾਵੇਗੀ। ਅਤੇ ਜੇ ਤੁਸੀਂ SDM ਜਾਂ RTO ਦਫ਼ਤਰ ਜਾ ਕੇ ਇਹ ਲਵਾਉਣਾ ਚਾਹੁੰਦੇ ਹੋ, ਤਾਂ ਆਪਾਂ ਇਸ 'ਤੇ ਕਲਿੱਕ ਕਰ ਦਾਂਗੇ। ਪਰ ਦੋਸਤੋ ਮੈਂ ਰੈਕਮੈਂਡ ਕਰਾਂਗਾ ਜਿਹੜੀ RTO ਜਾਂ SDM ਦਫ਼ਤਰ ਜਾ ਕੇ ਲਵਾਉਣਾ, ਇਹ ਪ੍ਰੋਸੈਸ ਬਹੁਤ ਜ਼ਿਆਦਾ ਹੀ ਡਿਲੇ ਹੋ ਜਾਂਦਾ, ਮਤਲਬ ਕਿ ਜ਼ਿਆਦਾ ਟਾਈਮ ਵੇਸਟ ਹੁੰਦਾ ਇਸ ਵਿੱਚ। ਇਸ ਲਈ ਆਪਾਂ ਫਿਟਮੈਂਟ ਐਟ ਹੋਮ 'ਤੇ ਕਲਿੱਕ ਕਰ ਲਾਂਗੇ, ਤਾਂ ਕਿ ਤੁਹਾਨੂੰ ਘਰ ਡਿਲੀਵਰੀ ਹੋ ਜਾਊਗੀ। ਬਟ ਹਾਂ, ਜਿਹੜੇ 100 ਜਾਂ 150 ਰੁਪਏ ਤੁਹਾਡੇ ਜ਼ਿਆਦਾ ਲੱਗਣਗੇ, ਪਰ ਇਹ ਕਿ ਸਿਰ ਦਰਦੀ ਤੋਂ ਤੁਸੀਂ ਬਚ ਜਾਓਗੇ। ਤਾਂ ਦੋਸਤੋ ਜਿਵੇਂ ਹੀ ਆਪਾਂ ਫਿਟਮੈਂਟ ਐਟ ਹੋਮ 'ਤੇ ਕਲਿੱਕ ਕੀਤਾ, ਤਾਂ ਇਹਨਾਂ ਨੇ ਆਪਣੇ ਚਾਰਜਸ ਦੱਸ ਦਿੱਤੇ, 170 ਰੁਪਏ ਐਕਸਟਰਾ ਤੁਹਾਨੂੰ ਜਿਹੜੀ ਪਲੇਟ ਦੇ ਨਾਲ ਇਹ ਪਲੱਸ ਕਰਕੇ ਦੇਣੀ ਪੈਣਗੇ ਹੋਮ ਡਿਲੀਵਰੀ ਦੇ। ਉਹ ਦੋਸਤੋ ਇਸ ਤੋਂ ਬਾਅਦ ਕਰਨਾ ਕਿ ਆਪਾਂ ਜਸਟ ਆਪਣਾ ਐਡਰੈਸ ਲਿਖਣਾ ਜਿੱਥੇ ਆਪਾਂ ਜਿਹੜੀ ਨੰਬਰ ਪਲੇਟ ਆ ਉਹ ਰਿਸੀਵ ਕਰਨਾ ਚਾਹੁੰਦੇ ਹਾਂ। ਕਿਉਂਕਿ ਦੋਸਤੋ ਇੱਥੇ ਆਪਾਂ ਸਿਲੈਕਟ ਡਿਸਟ੍ਰਿਕਟ ਸਿਲੈਕਟ ਕਰ ਲਾਂਗੇ, ਪਿੰਨ ਕੋਡ। ਅਤੇ ਇਸ ਤੋਂ ਬਾਅਦ ਆਪਾਂ ਕਰਨਾ ਕੁਛ ਨਹੀਂ, ਜਸਟ ਇੱਥੇ ਟਿੱਕ ਮਾਰ ਲਗਾ ਕੇ
ਸਬਮਿਟ 'ਤੇ ਕਲਿੱਕ ਕਰ ਦਾਂਗੇ। ਸਬਮਿਟ ਤੋਂ ਕਲਿੱਕ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਬਿੱਲ ਹੁੰਦਾ ਹੈ, ਜਿਹੜਾ ਨੰਬਰ ਪਲੇਟ ਦਾ ਪਲੱਸ ਡਿਲੀਵਰੀ ਚਾਰਜ ਪਲੱਸ ਹੋ ਕੇ ਤੁਹਾਡੇ ਸਾਹਮਣੇ ਲਿਖਿਆ ਹੁੰਦਾ, ਇਸ ਤੋਂ ਬਾਅਦ ਅਤੇ ਉਹ ਆਪਣੇ ਬਾਈ ਮੋਬਾਈਲ ਜਾਂ ਏ ਟੀ ਐੱਮ ਥਰੂ ਆਪਾਂ ਪੇਮੈਂਟ ਕਰ ਸਕਦੇ ਹਾਂ। ਅਤੇ ਇਸ ਤੋਂ ਬਾਅਦ ਦੋਸਤੋ ਇੱਕ ਸਟੈਪ ਹੋਰ ਤੁਸੀਂ ਕਰਨਾ ਹੁੰਦਾ ਪੇਮੈਂਟ ਪੇ ਕਰਨ ਦਾ। ਪੇਮੈਂਟ ਪੇ ਕਰਨਾ ਦੋਸਤੋ ਆਈ ਨੂੰ ਤੁਹਾਨੂੰ ਆਉਂਦਾ ਹੀ ਹੋਣਾ ਇਹ, ਜੇ ਨਹੀਂ ਆਉਂਦਾ ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਨੈਕਸਟ ਪਾਰਟ ਹੈ ਜਿਹੜਾ ਪੇਮੈਂਟ ਕਰਦੇ ਹੋਏ ਬਣਾ ਦਾਂਗੇ ਦੋਸਤੋ, ਕਿਉਂਕਿ ਮੈਂ ਪਹਿਲਾਂ ਹੀ ਆਪਣੀ ਨੰਬਰ ਪਲੇਟ ਆਪਣੇ ਵਹੀਕਲ 'ਤੇ ਲਵਾ ਲਈ ਹੈ, ਤਾਂ ਕਰਕੇ ਮੈਂ ਉਸਦੀ ਵੀਡੀਓ ਨਹੀਂ ਬਣਾ ਸਕਿਆ, ਅਤੇ ਹੁਣ ਤੁਹਾਡੇ ਲਈ ਮੈਂ ਰਿਮਾਇੰਡ ਚਾਹੀਦੀ ਇਹ ਵੀਡੀਓ ਬਣਾਉਣੀ ਚਾਹੀਦੀ ਹੈ, ਇਸ ਲਈ ਤੁਹਾਨੂੰ ਅੱਗੇ ਦਾ ਸਟੈਪ ਪੇਮੈਂਟ ਵਾਲਾ ਮੈਂ ਕਰਕੇ ਨਹੀਂ ਦਿਖਾ ਸਕਦਾ ਹਾਂ। ਦੋਸਤੋ ਜੇ ਤੁਸੀਂ ਘਰ ਬੈਠੇ ਨੰਬਰ ਪਲੇਟ ਮੰਗਵਾਉਣਾ ਚਾਹੁੰਦੇ ਹੋ ਤਾਂ ਮੈਨੂੰ ਵੀਡੀਓ ਵਿੱਚ ਕਮੈਂਟ ਕਰੋ, ਆਪਣੀ ਡਿਟੇਲ ਜਿਹੜੀ ਵਟਸਐਪ ਉੱਪਰ ਭੇਜੋ, ਮੈਂ ਇੱਥੇ ਘਰ ਬੈਠਾ ਹੀ ਤੁਹਾਡੇ ਲਈ ਅਪਲਾਈ ਕਰ ਦੂੰਗਾ ਅਤੇ ਤੁਹਾਡੀ ਨੰਬਰ ਪਲੇਟ ਤੁਹਾਡੇ ਘਰ ਪਹੁੰਚ ਜਾਵੇਗੀ। ਕਿਉਂਕਿ ਦੋਸਤੋ ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਪਲੀਜ਼ ਸਪੋਰਟ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।